ਬਾਹੋਂ ਮੈਂ ਨਹੀਂ ਰਹਿਣਾ, ਅੱਛਾ ਤੇਰੇ ਦਿਲ ਮੈਂ ਉਤਰਨਾ ਹੈ, ਵੋ ਜੋ ਪਿਆਰ ਮੈਂ ਹੋਤਾ ਹੈ ਆਜ ਵੋ ਹੀ ਕਰਨਾ ਹੈ, ਸਾਰੇ ਪੈਰਾਂ ਬਹਿ ਕੇ ਮੇਰੇ ਹਾਲਾਤ ਐਸੇ ਲੱਗਣ ਲੱਗੀ ਕਮੀਲ ਆ ਕੇ ਮੋਢੇ ਤੇ ਰੱਖ ਲਈ ਕੰਨਿਆ ਤੁਸੀਂ ਮੈਂ ਸ਼ਹਿਰ ਮੁੰਡਾ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਣ ਦੇ ਕੋਲ ਖੋਲੋ ਤਾਂ ਕਹੀ ਜਾਂਦਾ ਸਾਰਾ ਇਹਨਾਂ ਨੂੰ ਨਾ ਪਾ ਦੇਈ ਘੁੱਟ ਚਾਹ ਵਾਸਤੇ ਵੀ ਰੱਖ ਲਈ ਪਿੰਡ ਦੀ ਚੋਰੀ ਹੋਏ ਭਾਈ ਰਸ਼ ਤੇਰੇ ਵਰਗੇ ਕੁੱਤੇ ਬਾਂਝ ਬੋਲਦੇ ਚੱਲ ਹਊ ਅੱਛਾ ਇੱਦਾਂ ਦੇ ਕੁੱਤੇ ਹੁੰਦੇ ਨਾਲ ਭੌਂਕਦੇ ਹੁੰਦੇ ਨਾਲ ਗੁਰਦਾ ਹੀ ਕਰਦੇ ਹੁੰਦੇ ਤੇ ਕੁੱਤਿਆਂ ਦੀਆਂ ਗੱਲਾਂ ਕਰੀਏ ਡਰਾਮੇ ਦਾ ਨਾਲ ਜਰਮਨ ਸ਼ੈਫਰਡ ਔਰ ਪਰਲੇ ਵਰਗੇ ਕੁੱਤੇ ਹੁੰਦੇ ਜਿਹੜੇ ਭੌਂਕਦੇ ਹੁੰਦੇ ਨਾਲ ਯਾਦਾਸ਼ ਕਮਜ਼ੋਰ ਹੁੰਦੀ ਭੌਂਕ ਕੇ ਭੁੱਲ ਜਾਂਦੇ ਮੈਂ ਭੌਂਕਿਆ ਸੀ ਕਿ ਨਹੀਂ ਭੌਂਕਿਆ ਸੀ ਇੱਦਾਂ ਦੇ ਖੋਤੇ ਹੁੰਦੇ ਜਿਹਨਾਂ ਦੀ 100 ਚੋਂ 90% ਕੋਸ਼ਿਸ਼ ਹੁੰਦੀ ਮੇਰੇ ਮਾਲਕ ਨੂੰ ਕਿਤੋਂ ਗਾਲਾਂ ਪੈ ਜਾਣ ਐਵੇਂ ਭੱਜ ਭੱਜ ਕੇ ਸ਼ੀਸ਼ਿਆਂ ਨੂੰ ਜਾਣਗੇ ਔਰ ਇੱਦਾਂ ਦੇ ਖੋਤੇ ਉਹ ਹੁੰਦੇ ਨੇ ਜਿਹਨਾਂ ਦੀ 4000 ਇੱਟ ਤੇ ਇੱਕ ਵੈਸੇ ਭੈਣ ਨਿਕਲ ਜਾਂਦੀ ਸਾਰੀ ਮੈਲ ਜਾਣੀ ਆ ਦੋਸਤੋ ਘਬਰਾ ਨਹੀਂ 5 ਕਿਲੋ ਖਰਬੂਜ਼ੇ ਲੈ ਉਹ ਵਿੱਚੋਂ 2 ਫੀਕੇ ਵੀ ਨਿਕਲ ਆਉਂਦੇ ਨੇ ਲਿੰਕ ਢੀਲਾ ਹੋ ਜਾਏ ਸਹੀ ਗੱਲ ਆ ਬਾਹਰ ਤਸਵੀਰਾਂ ਲੱਗੀਆਂ ਨਾ ਕਿਹੜੀਆਂ ਸੋਹਣੀਆਂ ਕੁੜੀਆਂ
ਕੋਈ ਇੰਜ ਕਰਕੇ ਖਲੋਤੀ ਹੈ, ਹਾਂ ਕੋਈ ਇੰਜ ਕਰਕੇ ਖਲੋਤੀ ਹੈ, ਹਾਂ ਤੇ ਕੋਈ ਐ ਕਰਕੇ ਖਲੋਤੀ ਹੈ, ਤੇ ਕੋਈ ਸੀਨੇ ਬੰਦ ਕਰਕੇ ਇੰਜ ਕਰਕੇ ਖਲੋਤੀ ਹੈ, ਤੇ ਅੰਦਰ ਉਹ ਪਾਈਆਂ ਨੇ ਜਿਹੜੀਆਂ ਰੋਡ ਤੇ ਬਿਜਲੀ ਨਹੀਂ ਸਿੱਟਦੀਆਂ, ਐਂ ਕਰਕੇ ਘੁਮਾ ਕੇ ਸਿੱਟਦੀਆਂ, ਹਾਂ ਉਹ ਪਈ ਬਜਲੀ ਸਾਲੇ ਲਾਬਾ ਮਰ ਗਿਆ ਤੇ ਮਸੀਤ ਜਾ ਕੇ ਐਲਾਨ ਕਰੇ ਹਜ਼ਰਤ ਮੇਰੇ ਵਾਲਾ ਸਾਹਿਬ ਫੋਟ ਹੋ ਗਿਆ, ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ। ਆ ਸਹੀ ਗੱਲ ਹੈ, ਇਹਦੀ ਮਾਂ ਮਰ ਗਈ ਸਾਡੇ ਪਿਓ ਤੇ, ਯਕੀਨ ਕਰ ਦੇਖ ਮੇਰੀ ਗੱਲ ਸੁਣੋ। ਹਾਂ ਸੁਭਾਗ ਰਾਜ ਮੈਂ ਬੁੱਢੀ ਨਾਲ ਮੂੰਹ ਨਾਲ ਦੁੱਧ ਲਾਇਆ ਤੇ ਸੌਂ ਗਿਆ, ਮੈਂ ਕਿਹਾ ਕੀ ਹੋਇਆ, ਕਹਿੰਦਾ ਮੈਨੂੰ ਉਮੀਦ ਆ ਸਕੇ, ਉਹ ਇੱਥੇ ਤੂੰ ਨਵੀਂ ਭੈਣ ਪੇਸ਼ ਕਰ ਲਾ, ਇੱਥੇ ਹੀ ਗੱਲ ਕਰਕੇ ਭੈਣ ਦੀ ਬੁੱਢੀ ਨੂੰ ਮਾਰ ਹੀ ਹੋਣਾ, ਅਸੀਂ ਪੈਸੇ ਖਰਚ ਕੇ ਕੰਜਰ ਹੋਇਆ ਬਈ। ਗੱਲ ਇਹ ਆ ਦੇਖ ਕਿ ਸਦਾ ਦੀਏ ਬਈ, ਗੱਲ ਇਹ ਆ ਗੱਲ ਇਹ ਕਿ ਤਾਂ ਸਾਰੀਆਂ ਸਫਾਈਆਂ ਕੀਤੀਆਂ ਸੀ, ਤੂੰ ਕੀ ਕੀਤਾ ਸੀ ਦੱਸ ਹਾਲੇ ਤੱਕ? ਕਿਹੜੀ ਸਫਾਈ ਕੀਤੀ ਪਿਛਲੇ ਕਮਰੇ ਦੀ ਤੋਂ ਮੈਂ ਪਈ ਆ? ਪਿਛਲੇ ਸਫਾਈ ਦੀ ਇਹਨੇ ਕਰ ਲਈ ਸੀ, ਯਕੀਨ ਕਰ ਪਿਛਾਰੇ ਬਾਬੇ ਮਹਿਮਾਨ ਆ ਸੀ, ਉਹ ਵੀ ਦਾਬਾ ਦੇ ਰਹੇ ਸੀ, ਕਹਿੰਦੇ ਮੁੰਡਾ ਪਿੱਛੋਂ ਸਹੀ ਸਫਾਈ ਨਹੀਂ ਕਰਦਾ। ਮੈਂ ਕਿਹਾ ਸਾਲ ਦੇ ਉਸ ਜਗ੍ਹਾ ਤੇ ਛਾਲੇ ਪੁਆਇੰਟ ਸਫਾਈ ਕਰ ਕਰਕੇ ਹੁਣ ਤੇ ਉੱਥੇ ਜਿਹੜੇ ਬੋਟੇ ਦਾਣੇ ਬਣ ਗਏ ਨੇ। ਇਦਾਂ ਨਹੀਂ ਉਹਨਾਂ ਗੱਲਾਂ ਦੀ ਕਸਮ, ਅਗਲੇ ਦੇ ਉੱਤੇ ਬਹਿ ਕੇ ਨਹੀਂ, ਮੈਂ ਰੋਜ਼ੀ ਵਾਲੇ ਅੱਡੇ ਤੇ ਬਹਿ ਕੇ ਝੂਠ ਮਾਰਦੇ। ਓਕੇ ਜਿਹੜੀ ਵਜ੍ਹਾ
ਮਾਰੇਗੀ ਇਹ ਚੱਲ ਗਈ ਆ ਫੜੋ
ਤੇਰੇ ਘਰ ਪਦੈਸ਼ ਪਾਲੀ ਸਾਲਿਆ ਤੂੰ ਚੰਬੜਿਆ ਪਿਆ ਆ ਜਾਓ ਚੂਹਾ ਭਾਈ ਨਾ ਅੰਦਰ ਭਾਂਡਾ ਫੜੋ ਇਹਦੇ ਪਦੈਸ਼ ਵਾਪਸ ਲਈ ਕੀ ਹਾਲ ਹੈ ਭਾਈ ਠੀਕ ਹੋ ਹਾਂ ਹਾਂ ਪਹੁੰਚ ਗਿਆ ਟੈਨਸ਼ਨ ਨਹੀਂ ਲੈਣੀ ਹਾਂ ਸਲਾਮ ਅਲੈਕੁਮ ਭਾਜੀ ਸੋਰੀ ਮੈਂ ਬਜ਼ੂ ਚ ਹੈਲੋ ਸਾਨੂੰ 200-300 ਰੁਪਇਆ ਹੈ ਬੜੀ ਗੱਲ ਹੈ ਬੰਦੇ ਕੋਈ ਚਵਲ ਹੀ ਹੈ ਤਾਰਫ ਤੇ ਕਰਾਓ ਕੌਣ ਹੋ ਤੁਸੀਂ ਦੱਸਨੇ ਆ ਚੱਲੇ ਆ ਕਿਤੇ ਦੱਸਨੇ ਆ ਚੱਲੇ ਆ ਕਿਤੇ ਅਫਸਰ ਕੁੜੀ ਨੂੰ ਕੱਪੜੇ ਪੂਰੇ ਨੀ ਇਹਦਾ ਛੜਕਾ ਜਾ ਤਾਂ ਬੰਦ ਕਰੋ ਇਸ ਗਲੀ ਚ ਮੈਨੂੰ ਗਵਾ ਦਿਓ ਅਸੀਂ ਵੀ ਹੁਣ ਜਦੋਂ ਅੰਦਰ ਵੜਿਆ ਕਰਨਾ ਅਸੀਂ ਵੀ ਐਂ ਕਰਿਆ ਕਰਨਾ
ਬਾਈ ਕਾਕਾ ਬਾਬਾ ਜੀ ਤੂੰ ਜ਼ਿੰਦਗੀ ਚ ਨੇਕੀ ਨਹੀਂ ਕੀਤੀ ਆ ਬਾਬਾ ਇਹ ਟੋਪੀ ਤੂੰ ਸਿਰ ਤੇ ਪਾਈ ਹੈ ਇਹ ਆਪਣੀ ਟੋਪੀ ਥੱਲੇ ਆਪ ਆ ਜਾਂਦਾ ਇਸ ਮਰੇ ਕੱਲ ਆ ਤੂੰ ਮੈਂ ਮਾਰ 10 ਮਿੰਟ ਇੱਧਰ ਆ ਜਾ ਮੈਂ ਤੁਹਾਡੀ ਬਹਿਣੀ ਉੱਠਣੀ ਸਹੀ ਕਰ ਦੂੰ ਤੈਨੂੰ ਪਤਾ ਨੀ ਮੇਰਾ ਚਲੋ ਫਿਰ ਜਾਣ ਦਿਓ ਲੈ ਚੱਲਾਂ 11 ਲੱਖ ਤੁਸੀਂ ਮਾੜੀ ਮੋਟੀ ਜਾਲੀ ਲਵਾ ਦਿਓ ਬਾਬੇ ਕੋਲੋਂ 10 ਲੱਖ ਨਾਲ ਗੱਲ ਹੋਈ ਹੈ 10 ਲੱਖ ਹਾਂ ਮੇਰਾ ਕਿਹੜਾ ਹਿੱਸਾ ਸਾਹਿਬ ਹੋਰੀ ਕਹਿੰਦੇ ਤੇਰਾ 10,000 ਤੈਨੂੰ ਪੂਰਾ ਦੇਣਾ ਤੂੰ ਆਪਣੀ ਭੈਣ ਦਾ ਰੇਟ ਨਾ ਦੱਸ ਆ ਲਿਆ 10 ਲੱਖ ਰੁਪਇਆ 9,95,000 ਮੇਰਾ ਹੀ 5,000 ਤੁਹਾਡਾ ਸਮਝ ਆਈ ਉਹ ਵੀ ਰੱਖ ਲੈ ਦੇਣ ਜੋਗਾ ਇਹ ਤੁਹਾਡੀ ਭੈਣ ਦਾ 10,000 ਹੈ ਜੀ ਤੇ ਫਿਰ ਤੁਸੀਂ ਸਾਡਾ 11 ਲੱਖ ਕਿਉਂ ਲਵਾਉਂਦੇ ਹੋ 2,000 ਵੱਧ ਹੀ ਦੇਵਾਂਗੇ ਤੁਹਾਨੂੰ ਬਾਬਾ ਜੀ ਉਹ ਕੱਟੀ ਵੱਡੀ ਆ ਅੱਛਾ ਜਿਹੜੀ ਕੱਟੀ ਵੱਡੀ ਤੁਹਾਡੀ ਆ ਹਾਂਜੀ ਹਾਂਜੀ ਉਹਦਾ 10 ਰੁਪਏ ਕਿਲੋ ਦੇ ਹਿਸਾਬ ਨਾਲ ਕੀਮਤ ਫੇਰ ਉਹਦਾ ਤਾਂ 10,000 ਵੀ ਸਹੀ ਲੱਗਣ ਡਿਆ ਓਏ ਮੈਨੂੰ ਲੱਗਦਾ ਜ਼ੇਵਰ ਹੀ ਜ਼ੇਵਰ ਬਾਬਾ ਜੀ ਜ਼ੇਵਰ ਤੁਸੀਂ ਕੁੜੀ ਨੂੰ ਉਹ ਪਾਉਣਾ ਹੈ ਇੱਕ 9 ਇੰਚ ਦਾ ਲਾਕਟ 2 ਤੋਲੇ ਦੀਆਂ ਵਾਲੀਆਂ ਯੈਸ ਮੈਂ ਵਿਆਹ ਲੇਟ ਕਰਾ ਲੈਣਾ ਪੁੱਤਰ ਤੁਸੀਂ ਲਾਕਟ 9 ਇੰਚ ਦਾ ਨਾ ਕਿਤੋਂ ਹੋਰ ਪਵਾ ਦਿਓ ਕਿਵੇਂ ਜਿੱਥੇ 15 ਸਾਲ ਕੱਢ ਲੈ ਤਾਂ ਹੋਰ ਟਾਈਮ ਕੱਢ ਲਓ ਸਾਡੇ ਕੋਲ ਲੋਕਟ ਹੈ ਹੀ ਨਹੀਂ 15 ਇੰਚ 9 ਇੰਚ ਦਾ ਬਾਬਾ ਜੀ ਕਿਹੜੀ ਗੱਲ ਸਾਡੇ ਕੋਲ 3.5 ਇੰਚ ਦਾ ਤੁਸੀਂ ਬਾਅਦ ਚ ਰਫੜ ਨਾ ਪਾਇਆ ਵੀ ਦਿਖਾਇਆ ਕਿਹੜਾ ਤੇ ਪਾਇਆ ਕਿਹੜਾ ਅਸੀਂ ਤੁਹਾਨੂੰ ਪਹਿਲੇ ਦੱਸਦਾ ਉਹ ਕੁੜੀ ਦੀ ਕਾਰੀਗਰੀ ਆ ਗੱਲ ਇਹ ਹੈ ਕਿ ਕੁੜੀ ਨੇ ਮੂੰਹ ਵਿਖਾਈ ਤੁਹਾਡੇ ਕੋਲ 8 ਲੱਖ ਰੁਪਇਆ ਲੈਣਾ ਜੀ ਅਸੀਂ ਮੂੰਹ ਦੇਖਣਾ ਨਹੀਂ ਵੀਰੇ ਸਾਡਾ ਲੱਤਾਂ 'ਚ ਉਹ ਨਹੀਂ ਟਾਈਮ ਲੱਗਣਾ ਅਸੀਂ ਤਾਂ ਬੱਚੇ ਫਿਰਨਾ ਨੂੰ ਲੈ ਕੇ ਸਾਡੀ ਖਾਨਦਾਨੀ ਸ਼ਲਵਾਰ ਹੈ ਮੇਰੀਆਂ ਤੂੰ ਸਿਰਫ ਕੱਲਾ ਇਹ ਹੀ ਪਾਉਣਾ ਵਾ ਇਹਦੇ ਨਾਲ ਕੁਛ ਨਹੀਂ ਪਾਉਣਾ ਹੋਰ ਕੀ ਹੈ ਹੋਰ ਕੀ ਹੈ ਹੋਰ ਤੁਹਾਨੂੰ ਚਾਹੀਦਾ ਕੀ ਹੈ ਸਾਰਾ ਕੁਝ ਤੁਹਾਡਾ ਹੀ ਆ ਮੇਰੀ ਆ ਛੱਡੋ ਆ ਛੱਡੋ ਆ ਆ ਲੋ ਮੇਰੀ ਪਿਆ ਆ ਤੁਹਾਡੇ ਵਾ
ਇਹ ਕੀ ਹੈ? ਇਹ ਵਿੰਡੋ 12 ਆ। ਇੰਨਾ ਸਹੀ ਆ ਜੀ।